ਦੋਸਤੋ ਪੰਜਾਬ ਵਿੱਚ ਰਾਸ਼ਨ ਕਾਰਡ ਕਿਵੇਂ ਬਣਾਉਣਾ ਹੈ ਇਸ ਦਾ ਸਹੀ ਤਰੀਕਾ ਅਤੇ ਸਿੰਪਲ ਤਰੀਕਾ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੀ ਹੈ ਕਿ ਇਸ ਵਿੱਚ ਜ਼ਰੂਰੀ ਡਾਕੂਮੈਂਟ ਕਿਹੜੇ ਨੇ ਅਤੇ ਮਹੱਤਵਪੂਰਨ ਦਸਤਾਵੇਜ਼ ਕਿਹੜੇ ਹੁੰਦੇ ਹਨ ਰਾਸ਼ਨ ਕਾਰਡ ਬਣਾਉਣ ਲਈ ਕਿਹੜੇ ਕਿਹੜੇ ਡਾਕੂਮੈਂਟ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਹੁੰਦਾ ਹੈ ਐਪਲੀਕੇਸ਼ਨ ਫਾਰਮ ਹੁੰਦਾ ਜਿਹੜਾ ਤੁਹਾਨੂੰ ਫੂਡ ਸਪਲਾਈ ਦਫ਼ਤਰ ਜਾਂ ਜਿੱਥੋਂ ਆਪਾਂ ਨੂੰ ਰਾਸ਼ਨ ਮਿਲਦਾ ਉਹ ਡਿਪੂ ਉਸ ਤੋਂ ਤੁਹਾਨੂੰ ਇਹ ਫਾਰਮ ਮਿਲ ਜਾਵੇਗਾ ਜੇ ਉੱਥੋਂ ਨਹੀਂ ਮਿਲਦਾ ਤਾਂ ਦੋਸਤੋ ਇਹ ਬੁੱਕ ਸਟੋਰ ਤੋਂ ਜਾ ਕੇ ਤੁਸੀਂ ਪਰਚੇਜ ਕਰ ਸਕਦੇ ਹੋ ਉਸ ਤੋਂ ਬਾਅਦ ਪਾਸਪੋਰਟ ਆਕਾਰ ਦੀ ਫੋਟੋ ਹੋਣੀ ਚਾਹੀਦੀ ਇੱਕ ਦੋਸਤੋ ਇਹ ਪਾਸਪੋਰਟ ਸਾਈਜ਼ ਦੀ ਫੋਟੋ ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਾਂ ਮੈਂ ਆਪਣੀ ਫੈਮਿਲੀ ਦਾ ਫੈਮਿਲੀ ਲਈ ਜੋ ਰਾਸ਼ਨ ਕਾਰਡ ਬਣਵਾ ਰਿਹਾ ਤਾਂ ਮੇਰੀ ਵਾਈਫ ਹੈ ਜਿਹੜੀ ਉਹਨਾਂ ਦੀ ਫੋਟੋ ਉਹਨਾਂ ਦੇ ਨਾਮ 'ਤੇ ਇਹ ਰਾਸ਼ਨ ਕਾਰਡ ਬਣੇਗਾ ਉਹ ਦੋਸਤੋ ਤਾਂ ਉਹਨਾਂ ਦੀ ਫੋਟੋ ਲੱਗੇਗੀ ਅਤੇ ਆਧਾਰ ਕਾਰਡ ਵੀ ਉਹਨਾਂ ਦਾ ਹੀ ਲੱਗੇਗਾ ਅਤੇ ਇੱਕ ਐਡਰੈਸ ਪਰੂਫ ਦੀ ਫੋਟੋ ਕਾਪੀ ਦੋਸਤੋ ਐਡਰੈਸ ਪਰੂਫ ਵਿੱਚ ਜੇ ਤੁਸੀਂ ਬਿਜਲੀ ਦਾ ਬਿੱਲ ਹੈ ਤੁਹਾਡੇ ਕੋਲ ਜਾਂ ਪਾਣੀ ਦਾ ਬਿੱਲ ਹੈ ਜਾਂ ਵੋਟਰ ਆਈਡੀ ਹੈ ਇਹਨਾਂ ਤਿੰਨਾਂ ਵਿੱਚੋਂ ਜਿਹੜਾ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਨਾਲ ਲਗਾ ਸਕਦੇ ਹੋ ਅਤੇ ਅੱਗੇ ਗੱਲ ਕਰੀਏ ਤਾਂ ਬੈਂਕ ਅਕਾਊਂਟ ਦੀ ਫੋਟੋ ਕਾਪੀ ਇੱਕ ਅਤੇ ਜਿਹੜਾ ਕਿ ਉਸ ਲੇਡੀਜ਼ ਦੇ ਨਾਮ 'ਤੇ ਹੀ ਖੁੱਲ੍ਹਾ ਹੋਣਾ ਚਾਹੀਦਾ ਬੈਂਕ ਅਕਾਊਂਟ ਜਿਹੜਾ ਨਾਂ 'ਤੇ ਆਪਾਂ ਰਾਸ਼ਨ ਕਾਰਡ ਬਣ ਰਹੇ ਹਾਂ ਉਹ ਦੋਸਤੋ ਇਸ ਤੋਂ ਇਲਾਵਾ ਜਾਤੀ ਸਰਟੀਫਿਕੇਟ ਦੋਸਤੋ ਇਹ ਜਨਰਲ ਕੈਟੇਗਰੀ ਲਈ ਜ਼ਰੂਰਤ ਨਹੀਂ ਹੈ ਜੇ ਤੁਸੀਂ ਜਨਰਲ ਕੈਟੇਗਰੀ ਤੋਂ ਅਪਲਾਈ ਕਰ ਰਹੇ ਹੋ ਰਾਸ਼ਨ ਕਾਰਡ ਵਾਸਤੇ ਤਾਂ ਤੁਹਾਨੂੰ ਖਾਸ ਸਰਟੀਫਿਕੇਟ ਲਾਉਣ ਦੀ ਜ਼ਰੂਰਤ ਨਹੀਂ ਹੈ ਇਸ ਤੋਂ ਬਾਅਦ ਸਾਰੇ ਪਰਿਵਾਰ ਦਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਮੈਂ ਮੇਰੀ ਵਾਈਫ ਅਤੇ ਮੇਰੇ ਦੋ ਬੱਚੇ ਦੇਖੋ ਦੋਸਤੋ ਇਹਨਾਂ ਚਾਰਾਂ ਦਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਅਤੇ ਇਸ ਦਾ ਵੀ ਜ਼ਰੂਰੀ ਅਤੇ ਨੈਕਸਟ ਗੱਲ ਕਰੀਏ ਦੋਸਤੋ ਪਰਿਵਾਰਕ ਫੋਟੋ ਅਤੇ ਇੱਕ ਫੈਮਿਲੀ ਦੀ ਪੂਰੀ ਫੋਟੋ ਹੋਣੀ ਚਾਹੀਦੀ ਹੈ ਓਕੇ ਦੋਸਤੋ ਤੁਹਾਨੂੰ ਹੁਣ ਮੈਂ ਦਿਖਾ ਦਿੰਦਾ ਕਿਸ ਤਰ੍ਹਾਂ ਦਾ ਫੋਮ ਹੈ ਅਤੇ ਕਿਵੇਂ ਭਰਨਾ ਹੈ ਓਕੇ ਦੋਸਤੋ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਫੋਮ ਤੁਹਾਨੂੰ ਬੁੱਕ ਡਿਪੂ ਜਾਂ ਫੂਡ ਸਪਲਾਈ ਦਫ਼ਤਰ ਜਾਂ ਜਿਹੜਾ ਆਪਣਾ ਰਾਸ਼ਨ ਡੀਲਰ ਹੈ ਉਸ ਤੋਂ ਤੁਹਾਨੂੰ ਇਸ ਤਰ੍ਹਾਂ ਦਾ ਫੋਮ ਮਿਲ ਜਾਵੇਗਾ ਇਸ ਨੂੰ ਉਹ ਖੁਦ ਵੀ ਫਿਲ ਕਰਦੇ ਆ ਜੇ ਤੁਸੀਂ ਆਪ ਫਿਲ ਕਰਨਾ ਚਾਹੋ ਤਾਂ ਆਪ ਵੀ ਫਿਲ ਕਰ ਸਕਦੇ ਹੋ ਤੁਸੀਂ ਓਕੇ ਦੋਸਤੋ ਫੋਮ ਫਿਲ ਕਰਨ ਤੋਂ ਬਾਅਦ ਤੁਹਾਨੂੰ ਜਿਹੜੇ ਵੀ ਡਾਕੂਮੈਂਟ ਦੱਸੇ ਆ ਮੈਂ ਇਹ ਸਾਰੇ ਡਾਕੂਮੈਂਟ ਦੀ ਇੱਕ ਫੋਟੋ ਕਾਪੀ ਕਰਨੀ ਹੈ ਅਤੇ ਇਸ ਦੇ ਨਾਲ ਅਟੈਚ ਕਰਨੇ ਆ ਅਤੇ ਐਪਲੀਕੇਸ਼ਨ ਭਰਨ ਤੋਂ ਬਾਅਦ ਜਿਹੜਾ ਫੋਰਮ ਭਰਨ ਤੋਂ ਬਾਅਦ ਆਪਾਂ ਨੂੰ ਰਾਸ਼ਨ ਡੀਲਰ ਜਿਹੜਾ ਡਿਪੂ ਹੈ ਜਿੱਥੋਂ ਆਪਾਂ ਨੂੰ ਰਾਸ਼ਨ ਮਿਲਦਾ ਜਿਹੜਾ ਨੇੜੇ ਦਾ ਆਪਣਾ ਉਸ ਕੋਲ ਜਾਣਾ ਜਾਂ ਫੂਡ ਸਪਲਾਈ ਦਫ਼ਤਰ ਹੈ ਉਸ ਵਿੱਚ ਇਹ ਜਮ੍ਹਾਂ ਕਰਾ ਕੇ ਆ ਜਾਣਾ ਹੈ ਤਾਂ 7 ਦਿਨਾਂ ਵਿੱਚ ਤੁਹਾਡਾ ਇਹ ਜਿਹੜਾ ਰਾਸ਼ਨ ਕਾਰਡ ਇਹ ਬਣ ਕੇ ਤਿਆਰ ਹੋ ਜਾਂਦਾ ਬਟ ਜੇ ਤੁਸੀਂ ਔਨਲਾਈਨ ਸਟੇਟਸ ਚੈੱਕ ਕਰਨਾ ਤੁਹਾਨੂੰ ਐਗਜ਼ਾਮਪਲ ਦੇ ਤੌਰ 'ਤੇ ਅੱਜ ਤੁਸੀਂ ਰਾਸ਼ਨ ਕਾਰਡ ਬਣਵਾਇਆ ਹੈ ਅਤੇ 2 ਦਿਨ ਬਾਅਦ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਰਾਸ਼ਨ ਕਾਰਡ ਬਣ ਗਿਆ ਜਾਂ ਨਹੀਂ ਮਤਲਬ ਪ੍ਰੋਸੈਸ ਕਰ ਰਿਹਾ ਹੈ ਜਾਂ ਨਹੀਂ ਅੱਗੇ ਤਾਂ ਇਸ ਦੀ ਵੀਡੀਓ ਮੈਂ ਇੱਕ ਹੋਰ ਬਣਾ ਚੁੱਕਿਆ ਹਾਂ ਕਿਵੇਂ ਤੁਸੀਂ ਘਰੇ ਬੈਠੇ ਚੈੱਕ ਕਰ ਸਕਦੇ ਹੋ ਆਪਣੇ ਮੋਬਾਈਲ ਉੱਤੇ ਜਿਹੜੀ ਤੁਹਾਨੂੰ ਵੀਡੀਓ ਤੋਂ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜੂ ਅਤੇ ਉੱਪਰ ਆਈ ਬਟਨ 'ਤੇ ਵੀ ਕਲਿੱਕ ਕਰੋਗੇ ਤਾਂ ਤੁਹਾਨੂੰ ਉਹ ਵੀਡੀਓ ਮਿਲ ਜੂਗੀ ਓਕੇ ਦੋਸਤੋ ਜੇ ਫਿਰ ਵੀ ਕੋਈ ਸਵਾਲ ਆ ਤੁਹਾਡੇ ਮਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰੋ ਮੈਂ ਤੁਹਾਡੀ ਹੈਲਪ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗਾ